ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਸ਼ਰੇਆਮ ਘਰ ਦੇ ਅੰਦਰ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਇਸੇ ਤਰ੍ਹਾਂ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਪੋਸ਼ ਇਲਾਕੇ ਹੀਰਾ ਮਹਿਲ ਵਿਖੇ, ਜਿੱਥੇ ਸਰਕਾਰੀ ਹਸਪਤਾਲ ਦੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਰਾਜੇਸ਼ ਗੋਇਲ ਦੇ ਘਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਡਾਕਟਰ ਨੂੰ ਉਹਨਾਂ ਦੇ ਘਰ ਦੇ ਗੇਟ ਤੋਂ ਹੀ ਜ਼ਬਰਦਸਤੀ ਅੰਦਰ ਲੈ ਗਏ ਅਤੇ ਤਲਵਾਰ ਦੀ ਨੋਕ ਤੇ ਡਾਕਟਰ ਅਤੇ ਉਸਦੀ ਪਤਨੀ ਨੂੰ ਬੰਧਕ ਬਣਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹਨਾਂ ਤੋਂ 650,000 ਰੁਪਏ ਲੁੱਟ ਕੇ ਰਫੂ ਚੱਕਰ ਹੋ ਗਏ। ਡਾਕਟਰ ਦੀ ਜ਼ਬਰਦਸਤ ਕੁੱਟਮਾਰ ਵੀ ਕੀਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਰ ਦੇ ਬਾਹਰ ਲੱਗੇ CCTV ਦੇ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ। ਡਾਕਟਰ ਦੀ ਪਤਨੀ ਰੀਟਾ ਗੋਇਲ ਅਤੇ ਡਾਕਟਰ ਰਾਜੇਸ਼ ਗੋਇਲ ਦਾ ਕਹਿਣਾ ਕਿ ਲੁਟੇਰਿਆਂ ਵੱਲੋਂ ਘਰ ਦੇ ਅੰਦਰ ਬੰਧਕ ਬਣਾ ਕੇ ਸਾਡੇ ਨਾਲ ਕੁੱਟਮਾਰ ਕੀਤੀ ਗਈ ਅਤੇ ਤਲਵਾਰ ਅਤੇ ਚਾਕੂਆਂ ਦੀ ਨੋਕ ਤੇ ਘਰ ਦੇ ਅੰਦਰੋਂ 650,000 ਦੀ ਰਾਸ਼ੀ ਲੈ ਕੇ ਰਫੂ ਚੱਕਰ ਹੋ ਗਏ। ਉਹਨਾਂ ਦਾ ਕਹਿਣਾ ਕਿ ਇਹ ਰਾਸ਼ੀ ਉਹਨਾਂ ਨੇ ਟੈਕਸ ਭਰਨ ਲਈ ਰੱਖੀ ਹੋਈ ਸੀ। ਉਹਨਾਂ ਮੰਗ ਕਰਦਿਆਂ ਕਿਹਾ ਕਿ ਜੇਕਰ ਰਾਤ ਨੂੰ 9 ਵਜੇ ਲੁਟੇਰੇ ਘਰ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਗੇ ਤਾਂ ਸਾਡਾ ਕੀ ਬਣੇਗਾ। ਉਹਨਾਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ। ਇਹ ਦੋ ਜਣੇ ਸੀ ਬੇਟੇ, ਦੋ ਅਸੀਂ, ਮੈਂ ਤਾਂ ਬਾਥਰੂਮ 'ਚ ਸੀ, ਮੈਨੂੰ ਡਾਕਟਰ ਸਾਹਿਬ ਦੀਆਂ ਬਿਲਕੁਲ ਹਲਕੀਆਂ ਹਲਕੀਆਂ ਆਵਾਜ਼ਾਂ ਆਈਆਂ। ਮੈਨੇ ਸੋਚਿਆ ਗਿਰ ਗਏ, ਮੈਂ ਕਿਹਾ ਕੀ ਹੋ ਗਿਆ, ਦੇਖਿਆ ਦੋ ਬੰਦਿਆਂ ਨੇ ਡਾਕਟਰ ਸਾਹਿਬ ਪਕੜੇ ਹੋਏ ਉਰੇ ਅਤੇ ਉਹਨੂੰ ਮੂੰਹ 'ਚ ਔਰੇਂਜ ਰੰਗ ਦਾ ਪਟਾ ਪਾਇਆ ਹੋਇਆ, ਬਹੁਤ ਹੱਥ ਪੈਰ ਜੋੜ ਕੇ ਜੀ। ਫਿਰ ਮੈਨੂੰ ਕਹਿੰਦੇ ਚਿੱਕਾਂ ਨਹੀਂ ਮਾਰਨੀਆਂ, ਫਿਰ ਮੈਂ ਅੰਦਰ ਲੈ ਕੇ ਗਈ, ਅੰਦਰ ਮੈਨੇ ਦਰਵਾਜ਼ਾ ਆਪ ਬੰਦ ਕੀਤਾ ਜੀ। ਮੈਂ ਕਿਹਾ ਅਸੀਂ ਕੋਈ ਚਿੱਕਾਂ ਨਹੀਂ ਮਾਰਦੇ, ਕਿਸੇ ਨੂੰ ਨਹੀਂ ਬੁਲਾਉਂਦੇ, ਵੀ ਤੁਸੀਂ ਸਾਨੂੰ ਛੱਡ ਦਿਓ। ਮੈਂ ਕਿਹਾ ਡਾਕਟਰ ਸਾਹਿਬ ਨੂੰ ਛੱਡ ਦਿਓ, ਮੈਨੂੰ ਛੱਡ ਦਿਓ, ਜਾਨ ਤੋਂ ਮਾਰ ਨਾ ਮਾਰੋ। ਉਹ ਤਲਵਾਰ ਉਹਨਾਂ ਨੇ ਨਾ ਉਰੇ ਰੱਖ ਲਈ ਮੇਰੇ, ਗਲਾ ਮੇਰਾ ਬਹੁਤ ਬੁਰੀ ਤਰ੍ਹਾਂ ਘੁੱਟਿਆ ਉਹਨਾਂ ਨੇ, ਬਹੁਤ ਸਾਹਸ ਵੀ ਨਹੀਂ ਆਇਆ ਮੈਨੂੰ। ਮੈਨੇ ਬਹੁਤ ਹੱਥ ਪੈਰ ਜੋੜ ਕੇ ਇਹ ਕਿਹਾ ਕਿ ਮੈਨੂੰ ਛੱਡ ਦਿਓ। ਫਿਰ ਮੈਨੇ ਹੱਥ ਪੈਰ ਜੋੜੇ ਕਿ ਡਾਕਟਰ ਸਾਹਿਬ ਨੂੰ ਛੱਡ ਦਿਓ, ਵੀ ਤੁਹਾਨੂੰ ਜੋ ਲੈ ਕੇ ਜਾਣਾ ਲੈ ਜਾਓ। ਉਹ ਬੇਟੇ ਵੈਸੇ ਉਹ ਮਾਰਨਾ ਤਾਂ ਚਾਹੁੰਦੇ ਸੀ, ਜਿਵੇਂ ਉਹਨਾਂ ਨੇ 4 ਵਾਰ ਇਹ ਕਿਹਾ, ਲੈਣ ਤੋਂ ਬਾਅਦ ਵੀ, ਸਮਾਨ ਲੈਣ ਤੋਂ ਬਾਅਦ ਵੀ, ਸਾਰਾ ਕੁਛ ਅਮਾਊਂਟ ਲੈਣ ਤੋਂ ਬਾਅਦ ਵੀ ਉਹਨਾਂ ਨੇ ਗਰਦਨ ਦੱਬੀ ਹੋਈ ਸੀ। ਉਹ ਲੈ ਗਏ, ਚਲੋ ਜੋ ਸੀ ਲੈ ਗਏ ਜੀ। ਹਾਂ, ਹੈ ਮੇਰਾ 6 ਲੱਖ ਤਾਂ ਘਰ ਹੀ ਸੀ। ਮੈਂ ਆਪਣੇ ਲੋਬੀ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਲੋਕ ਲਗਾਉਣ ਵਾਸਤੇ ਮੇਨ ਗੇਟ ਨੂੰ, ਤਾਂ 2 ਕਦਮ ਮੈਂ ਪੁੱਟੇ ਹੈ, 2 ਬੰਦੇ ਨੇ ਆ ਕੇ ਮੇਰੇ ਸਿਰ 'ਤੇ ਕੁਛ ਮੱਥੇ 'ਤੇ ਮਾਰਿਆ ਅਤੇ ਮੇਰੇ ਮੂੰਹ ਵਿੱਚ ਕੁਝ ਫਸਾ ਕੇ ਮੇਰੀ ਆਵਾਜ਼ ਬੰਦ ਕਰਤੀ, ਗਲੇ ਵਿੱਚ ਬਿਲਕੁਲ ਲਪੇਟ ਲਿਆ ਅਤੇ ਮੈਨੂੰ ਬਸ ਉੱਠਦਾ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ, ਅਤੇ ਇਹਦਾ ਮੀਂਹ ਟਾਈਮ ਜ਼ਮੀਨ 'ਤੇ ਗਿਰਾ ਲਿਆ, ਗੇਟ ਖੁੱਲ੍ਹਾ ਖਿੱਚ ਕੇ ਮੈਨੂੰ ਅੰਦਰ ਲੈ ਗਏ। ਇਹਦਾ ਮੀਨ ਟਾਈਮ ਦੀ ਮਿਸਰੀ ਆਵਾਜ਼ ਸੁਣੀ, ਉਹਨਾਂ ਟੀ ਵੀ ਦੇਖ ਰਹੀ, ਬਾਹਰ ਆਈ ਤਾਂ ਉਹਨੂੰ ਵੀ ਧੱਕਾ ਮਾਰਿਆ ਉਹਨਾਂ ਨੇ, ਉਹਨੂੰ ਵੀ ਨੀਚੇ ਸਿੱਟਤਾ। ਤਾਂ ਕਹਿਣ ਲੱਗੀ ਉੱਥੇ, ਉਦੋਂ ਬਾਅਦ ਉਹਨਾਂ ਤਲਵਾਰਾਂ ਕੱਢੀਆਂ, ਕੁਛ ਕਿਰਚ ਕੁਰਚ ਵਗੈਰਾ ਹੋਣੀ ਹੈ, ਹੋਰ ਕੀ ਛੁਰੇ ਵਗੈਰਾ ਕੱਢ ਕੇ ਕਹਿੰਦੇ ਜਾਨ ਤੋਂ ਮਾਰਾਂਗੇ ਇਹਨੂੰ, ਵੱਢ ਦਾਂਗੇ ਸਾਰਾ। ਅਤੇ ਉਹ ਕਹਿੰਦੇ ਜੋ ਤੁਹਾਡੇ ਘਰ ਹੈ ਲੈ ਲਓ, ਇਹਨੂੰ ਕੁਛ ਨਾ ਕਹੋ। ਪਹਿਲਾਂ ਤਾਂ ਮੰਨੇ ਨਹੀਂ, ਮੈਂ ਇੱਦਾਂ ਕਰਦੇ ਰਹੇ ਉਹ, ਇਹ ਕਰਨਾ। ਫਿਰ ਕਈ ਵਾਰੀ ਖੜਿਆ, ਕਦੇ ਪਾਇਆ, ਖੜਿਆ, ਕਦੇ ਸਟੈਪ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਤਲਵਾਰ ਜੀ ਉਹ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ। ਅਤੇ ਫਿਰ ਮਨਜੀਤ ਸਿੰਘ ਤੁਹਾਡੇ ਸਾਡੇ ਘਰ ਸੀ, ਉਹ ਕਹਿੰਦੇ ਲੈ ਲਓ, ਅਤੇ ਉਹਨੇ ਕਹਿੰਦੇ ਇੱਕ ਬੰਦੇ ਨਾਲ ਭੇਜਤਾ, ਉਹ ਬੰਦਾ ਉਹਦੇ ਨਾਲ ਚਲਾ ਗਿਆ, ਜੋ ਸਾਡੀ ਸਾਡੇ ਬੈਡਰੂਮ ਨਾਲ ਜੋ ਅਟੈਚ ਹੈ ਉਹਦੇ ਵਿੱਚ ਗੋਡਰੇਜ ਦੀ ਵਿੱਚੋਂ ਕੱਢ ਕੇ ਉਸਨੂੰ ਜੋ ਹੋਇਆ ਸੀ ਬੈਗ ਉਹ ਦਿੱਤਾ। ਉਹ ਮੈਂ ਐਡਵਾਂਸ ਟੈਕਸ ਭਰਨ ਵਾਸਤੇ ਲਿਆ ਕੇ ਰੱਖਿਆ ਸੀ, ਤਕਰੀਬਨ 6-6.5 ਲੱਖ ਰੁਪਇਆ। ਹੋਰ ਕੁਛ ਲੈਣ ਦਾ ਟਾਈਮ ਮਿਲਿਆ, ਬਿਨਾਂ ਮੀਂਹ ਟਾਈਮ ਸਾਡਾ ਇੱਕ ਮੁੰਡਾ ਹਸਪਤਾਲ ਦਾ ਬਾਹਰ ਚਲਾ ਗਿਆ, ਉਹਨੂੰ ਦੇਖ ਲਿਆ ਉਹਨਾਂ ਨੇ ਕਿ ਬਾਹਰ ਬੰਦੇ ਹੈਗੇ, ਉਹ ਭੱਜ ਗਏ, ਨਹੀਂ ਕੁਛ ਹੋਰ ਤਾਂ ਉਹ ਵੀ ਲੈ ਕੇ ਜਾਂਦੇ। ਉਹ ਇਹ ਟੈਕਸ ਭਰਨਾ ਆਉਂਦਾ ਸੀ 15 ਤਰੀਕ ਤੋਂ ਪਹਿਲਾਂ ਜਾਂ ਉਹ ਤਾਂ ਪੂਰੇ ਤਿਆਰ ਸੀ, ਉਹ ਤਾਂ ਪਹਿਲਾਂ ਵੀ ਕਹਿੰਦੇ ਸੀ, ਕਹਿੰਦੇ ਅਸੀਂ ਅਸੀਂ ਮਾਰਾਂਗੇ। ਕਹਿੰਦੇ ਜੀ ਉਹ ਬੰਦੇ ਪਕੜੇ ਜਾਣ ਅਤੇ ਮੇਰਾ ਮੋਡਮ ਨੂੰ ਦਬਾਇਆ ਜਾਵੇ, ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ 9 ਵਜੇ ਦੀ, 9:15 ਕੰਮ ਹੁੰਦਾ ਤਾਂ ਆਮ ਪਬਲਿਕ ਦਾ ਕੀ ਹੋਊਗਾ, ਤਾਂ ਮੈਨੂੰ ਦੱਸਣ ਤੋਂ ਬਾਹਰ ਹੈ। ਪੰਜਾਬੀ ਸੀ ਉਹ, ਡ੍ਰੀਮਿੰਗ ਕੀਤੀ ਹੋਈ ਸੀ ਅਤੇ ਮਤਲਬ ਪੂਰਾ ਲੁੱਟਣ ਦਾ ਅਤੇ ਮਾਰਨ ਦਾ ਮੂਡ ਸੀ। ਜੇ ਮਤਲਬ ਮੇਰੀ ਮਿਸਿੰਗ ਨਾ ਦਿੰਦੀ ਤਾਂ ਉਹ ਮੈਨੂੰ ਜਾਨ ਤੋਂ ਹੀ ਮਾਰ ਸਕਦੇ ਸੀ। ਇਸ ਮੌਕੇ 'ਤੇ ਨਾਭਾ ਦੇ SHO ਸੁਖਰਾਜ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ CCTV ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਲੁਟੇਰੇ ਡਾਕਟਰ ਦੇ ਘਰ ਵਿੱਚੋਂ 650,000 ਦੀ ਰਾਸ਼ੀ ਲੈ ਕੇ ਰਫੂ ਚੱਕਰ ਹੋ ਗਏ ਨੇ ਅਤੇ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਅਤੇ ਲੁੱਟ ਦੀ ਨੀਅਤ ਨਾ ਹੋਈ ਹੈ ਅਤੇ ਜਿਵੇਂ ਉਹਨੇ ਪ੍ਰੀ ਪਲਾਨਿੰਗ ਲੱਗਦੀ ਹੈ, ਜਿਵੇਂ ਪਹਿਲਾਂ ਕਿਸੇ ਨਾ ਦਿਨ ਇਹਨਾਂ ਦੇ ਰੋਕੀ ਕਰਦੇ ਰਹੇ ਹੋਣੇ ਆ, ਉਹ ਇਹਨਾਂ ਦੇ ਡਾਕਟਰ ਸਾਹਿਬ ਦੱਸਣ ਦੇ ਮੁਤਾਬਕ ਨਾ ਇਹਨਾਂ ਦੇ ਲਾਣ ਦੇ ਇੱਕ ਸਾਈਡ 'ਤੇ ਖੜ੍ਹੇ ਸੀ ਜਦੋਂ ਇਹ ਬਾਹਰ ਨਿਕਲੇ ਨੇ, ਅਤੇ ਉਹਨਾਂ ਨੇ ਇੱਕਦਮ ਇਹਨਾਂ ਦੇ ਹੌਲਾ ਬੋਲ ਕੇ ਇਹਨਾਂ ਦੀ ਕੋਈ ਚੀਜ਼ ਮਾਰੀ ਹੈ ਅਤੇ ਕੀ ਚੀਜ਼ ਜਿਸ ਨਾਲ ਇਹਨੂੰ ਥੱਲੇ ਡਿੱਗ ਪਏ, ਅਤੇ ਅਸੀਂ ਇਹਨਾਂ ਦੇ ਬਿਆਨ ਕਲਮਬੰਦ ਕਰ ਰਹੇ ਹਾਂ, ਲਿਖ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ 'ਚ ਲੈ ਰਹੇ ਹਾਂ, ਅਤੇ ਕਿਸੇ ਵੀ ਹਾਲਤ 'ਚ
ਇਹ ਦੋਸ਼ੀ ਨੂੰ ਜਾਣ ਦਿੰਦੇ ਫੜਾਂਗੇ ਅਤੇ ਬਣਦੀ ਕਾਰਵਾਈ ਵਿੱਚ ਲਿਆਵਾਂਗੇ। ਡਾਕਟਰ ਸਾਹਿਬ ਦੱਸਣ ਮੁਤਾਬਕ ਦੋ ਬੰਦੇ ਸੀ, ਟੀ ਸ਼ਰਟਾਂ ਪਾਈਆਂ ਹੋਈਆਂ ਸੀ ਉਹਨਾਂ ਨੇ, ਮੁੰਡੇ ਨੌਜਵਾਨ ਸੀ। ਇਹਨਾਂ ਦੱਸਣ ਮੁਤਾਬਕ 6-6.5 ਲੱਖ ਰੁਪਈਆ ਦੱਸ ਰਹੇ ਨੇ ਵੀ ਇਹਨਾਂ ਦੇ ਮਿਸੀ ਨੇ ਉਹਨਾਂ ਨੂੰ ਫੜਾਏ ਨੇ ਜਦੋਂ ਇਹਨਾਂ ਨੇ ਮਾਰਨ ਲੱਗੇ ਨੇ, ਅਤੇ ਉਹਨਾਂ ਡਰਦੇ ਮਾਰੇ ਉਹਨਾਂ ਕਿਹਾ ਵੀ ਜੋ ਸਾਡੇ ਕੋਲ ਹੈਗਾ ਲੈ ਜਾਓ, ਅਤੇ ਉਹਨਾਂ ਨੇ ਕਬੂੜ 'ਚੋਂ ਕੱਢ ਕੇ ਤੇਜ਼ ਵਿੱਚੋਂ ਉਹਨਾਂ ਦੇ ਦਿੱਤੇ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।